ਨਾਲੇ ਕਹਿੰਦੇ ਕਿਸਾਨ ਸਾਡੇ ਮੁਲਕ ਦੀ ਜਾਨ ਨੇ, ਨਾਲੇ ਕਹਿੰਦੇ ਕਿਸਾਨ ਸਾਡੇ ਮੁਲਕ ਦੀ ਜਾਨ ਨੇ, ਸੜਕਾਂ ਤੇ ਵੇਖੇ ਕਿਸਾਨ ਕਿਉਂ ਪਰੇਸ਼ਾਨ ਨੇ, ਸੜਕਾਂ ਤੇ ਵੇਖੇ ਕਿਸਾਨ ਕਿਉਂ ਪਰੇਸ਼ਾਨ ਨੇ। ਅਸਲਾਮੁ ਅਲੈਕੁਮ ਗਾਇਸ, ਅਮੀਰ ਆ ਤੁਸੀਂ ਸਾਰੇ ਠੀਕ ਹੋਗੇ, ਜਿੱਥੇ ਹਾਂ ਆਉਂਦੇ ਰਹੋ, ਵਾਦੇ ਰਹੋ, ਸ਼ਲਾ ਬਾਦ ਰਹੋ। ਵੈਲਕਮ ਟੂ ਨਿਊ ਵਲੌਗ। ਬੋਲੋ। ਮੈਂ ਕੀ ਬੋਲਾਂ, ਮੈਂ ਤਾਂ ਭੁੱਲ ਗਿਆ ਮੈਂ ਕੀ ਬੋਲਾਂ। ਗਾਇਸ, ਅਸੀਂ ਨਾ ਅੱਜ ਜਿਹੜਾ ਟੋਪਿਕ 'ਤੇ ਗੱਲ ਕਰਨ ਲੱਗੇ ਹਾਂ ਨਾ, ਉਹ ਹੈਗਾ ਸਾਡੇ ਕਿਸਾਨਾਂ ਵਾਸਤੇ, ਮਤਲਬ ਅਸੀਂ ਵੀ ਕਿਸਾਨ ਹੀ ਹੈ ਨਾ, ਸਾਡੇ ਵਾਸਤੇ, ਸਾਰੇ ਕਿਸਾਨਾਂ ਭਾਈਆਂ ਵਾਸਤੇ, ਅਤੇ ਸਾਡੇ ਵਾਸਤੇ ਆ। ਹੁਣ ਗਾਇਸ ਤੁਸੀਂ ਦੇਖੋ, ਹੁਣ ਗੰਦਮ ਦਾ ਕੀ ਰੇਟ ਆ, ਇੰਨੀ ਮਹਿੰਗੀ ਮੈਂ ਖਾਦ ਪਾਈ ਆ, ਮੈਂ ਕਿਸਾਨ ਨੇ ਇੰਨੀ ਖਾਦ ਪਾਈ ਆ, ਇੰਨੀ ਮਹਿੰਗੀ ਲੈ ਕੇ, ਔਰ ਰਾਤਾਂ ਨੂੰ ਸਰਦੀ ਦੀਆਂ ਇੰਨੀਆਂ ਸਰਦ ਰਾਤਾਂ ਵਿੱਚ ਉਹਨੇ ਪਾਣੀ ਲਾਇਆ ਆਪਣੀ ਗੰਦਮ ਨੂੰ, ਅਤੇ ਹੋਰ ਅਸੀਂ ਤਾਂ ਡਰਦੀਆਂ ਬਾਹਰ ਨਿਕਲਦੀਆਂ ਨਹੀਂ, ਅਸੀਂ ਕਹਿੰਦੇ ਬਾਹਰ ਕੋਈ ਸ਼ਹਿ ਨਾ ਹੋਵੇ, ਗਿੱਦੜ ਨਾ ਹੋਵੇ। ਹੁਣ ਦੇਖੋ ਉਹਨਾਂ ਦੀ ਭਾਈਆਂ ਦੀ ਹਿੰਮਤ, ਮੈਂ ਆਪਣੇ ਭਾਈਆਂ ਦੀ ਨਹੀਂ ਸਿਰਫ ਗੱਲ ਕਰਦੀ, ਸਾਰੇ ਭਾਈਆਂ ਦੀ ਗੱਲ ਕਰਦੀ, ਜਿੰਨੇ ਵੀ ਕਿਸਾਨ ਭਾਈ ਹੁਣ ਬਾਹਰ ਉਹ ਪਾਣੀ ਲਾਉਣ ਜਾਂਦੇ ਰਹੇ, ਇਕੱਲੇ ਜਾਂਦੇ ਰਹੇ, ਅਤੇ ਇੰਨੀ ਇੰਨੀ ਦੂਰ ਨਹਿਰ ਹੁੰਦੀ ਆ, ਨਹਿਰ 'ਤੇ ਵੀ ਇਕੱਲੇ ਜਾਂਦੇ, ਅਤੇ ਉਹਨਾਂ ਦੀ ਹਿੰਮਤ ਆ ਉਹਨਾਂ ਨੂੰ। ਅਤੇ ਫਿਰ ਹੁਣ ਦੇਖੋ ਗੰਦਮ ਸਸਤੀ ਆ ਔਰ ਹਰ ਚੀਜ਼ ਮਹਿੰਗੀ ਆ, ਅਤੇ ਅਸੀਂ ਅਗਲੇ ਦਿਨ ਬਾਜ਼ਾਰ ਚਲੇ ਗਏ, ਮੈਡੀਸਨ ਲੈਣ ਗਏ, ਜਿਹੜੀ 400 ਦੀ ਆ ਉਹ 650 ਦੀ ਹੋਈ ਪਈ ਆ, ਅਤੇ ਜਿਹੜੀ ਹੈਗੀ ਆ 600 ਦੀ ਉਹ 800 ਦੀ, 200 ਹਰ ਚੀਜ਼ ਨਾਲ ਇਜ਼ਾਫਾ ਹੋਇਆ ਪਿਆ 200। ਅਤੇ ਹੋਰ ਕੱਪੜੇ ਆ 5000 ਦੇ, ਇੱਕ ਗੰਦਮ ਦੀ ਬੋਰੀ ਆ ਉਹ 5000 ਦਾ ਇੱਕ ਸੂਟ ਆ। ਦੇਖੋ ਗੰਦਮ ਦੀ ਬੋਰੀ ਵੀ 5000 ਦੀ ਤੇ ਸੂਟ ਵੀ 5000 ਦਾ, ਤੇ ਫਿਰ ਫਾਇਦਾ ਕੀ ਹੋਇਆ? ਗੰਦਮ ਦੀ ਇੰਨੀ ਕੁ ਵੈਲਿਊ ਰਹਿ ਗਈ ਹੈ ਜੇ ਇੱਕ ਸੂਟ ਦੇ ਬਰਾਬਰ। ਉਹ ਇਨਸਾਨ ਆਪਣੇ ਕਿਸਾਨ ਨੇ ਪੂਰਾ ਸਾਲ ਮਿਹਨਤ ਕੀਤੀ, ਅਤੇ ਉਹ ਫਿਰ ਉਹਦੇ ਇੱਕ ਕਿੱਲੇ ਦੇ ਵਿੱਚ, ਇੱਕ ਏਕੜ ਦੇ ਵਿੱਚ ਉਹਦੀਆਂ ਬੋਰੀਆਂ ਹੋਈਆਂ 15 ਕਿ 15 ਬੋਰੀਆਂ, ਇੱਕ ਸੂਟ ਉਹਦਾ ਆਊਗਾ, ਨਹੀਂ 15 ਸੂਟ ਹੋਣਗੇ, ਉਹ 15 ਸੂਟਾਂ ਦੇ ਘਰ ਦੇ ਵਿੱਚ 15 ਫਰਾਰ ਹੋਣ, ਉਹ ਸਾਰੇ ਇੱਕ ਇੱਕ ਸੂਟ ਲੈਣ, ਉਹਨਾਂ ਦੀ ਸਾਰੀ ਇੱਕ ਏਕੜ ਦੀ ਨਾ ਸਿਰਫ ਕੱਪੜੇ, ਇੱਕ ਏਕੜ ਦੇ ਹਾਂ ਸਾਰੇ ਕੱਪੜੇ ਹੀ ਹੋਣਗੇ, ਅਤੇ ਉਹਨਾਂ ਵਾਸਤੇ ਇੱਕ ਮੈਂ ਮਤਲਬ ਮੈਂ ਨਹੀਂ, ਅਸੀਂ ਪੈਗਾਮ ਲੈ ਕੇ ਆਏ ਹਾਂ ਉਹਨਾਂ ਵਾਸਤੇ, ਇੱਕ ਪੰਜਾਬੀ ਦੋੜਾ ਲਿਖਿਆ ਵਾ, ਉਹ ਤੁਸੀਂ ਸਾਡਾ ਸੁਣਨਾ ਵਾ, ਜੇ ਸਾਡਾ ਸਹੀ ਲੱਗੇ ਫਿਰ ਵੀ ਠੀਕ, ਨਾ ਸਾਡਾ ਸਹੀ ਲੱਗੇ ਸਾਨੂੰ ਐਪਰੀਸ਼ੀਏਟ ਤੁਸੀਂ ਜ਼ਰੂਰ ਕਰਨਾ ਵਾ। ਹਾਂ ਹੁਣ ਤੁਹਾਨੂੰ ਸ਼ੁਮਾਇਲਾ ਸੁਣਾਉਂਦੀ ਆ। ਨਾ ਧੁੱਪ ਵੇਖੇ ਨਾ ਛਾਂ ਵੇਖੇ, ਨਾ ਧੁੱਪ ਵੇਖੇ ਨਾ ਛਾਂ ਵੇਖੇ, ਰਾਤਾਂ ਨੂੰ ਆਪਣੀ ਨੀਂਦ ਗਵਾਵੇ, ਰਾਤਾਂ ਨੂੰ ਆਪਣੀ ਨੀਂਦ ਗਵਾਵੇ, ਵੇਖ ਵੇਖ ਚੰਦੀ ਚਾਨਣੀ ਖੇਤੀ ਨੂੰ ਪਾਣੀ ਪਿਆ ਲਾਵੇ, ਸ਼ਹਿਰਾਂ ਆਲੇ ਉਹਨੂੰ ਪੇਂਡੂ ਪੇਂਡੂ ਪਏ ਆਖਣ, ਉਹ ਫਿਰ ਵੀ ਨਾ ਸ਼ਰਮਾਵੇ, ਵੇਚ ਵੇਚ ਗਲਦੇ ਗਹਿਣੇ, ਵੇਚ ਵੇਚ ਗਲਦੇ ਗਹਿਣੇ, ਬੱਚਿਆਂ ਵਾਂਗੂ ਲਾਡ ਪਿਆ ਲਡਾਵੇ, ਬੱਚਿਆਂ ਵਾਂਗੂ ਲਾਡ ਪਿਆ ਲਡਾਵੇ, ਨਾ ਧੁੱਪ ਵੇਖੇ ਨਾ ਛਾਂ ਵੇਖੇ, ਰਾਤਾਂ ਨੂੰ ਆਪਣੀ ਨੀਂਦ ਪਿਆ ਗਵਾਵੇ, ਰਾਤਾਂ ਨੂੰ ਆਪਣੀ ਨੀਂਦ ਪਿਆ ਗਵਾਵੇ, ਉਹਨੂੰ ਵੱਢਣ ਲੱਗਿਆ ਪਸੀਨਾ ਟੁੱਟ ਟੁੱਟ ਜਾਵੇ, ਉਹਨੂੰ ਵੱਢਣ ਲੱਗਿਆ ਪਸੀਨਾ ਟੁੱਟ ਟੁੱਟ ਜਾਵੇ, ਉਹ ਫਿਰ ਵੀ ਉਹ ਨਾ ਘਬਰਾਵੇ, ਉਹ ਫਿਰ ਵੀ ਨਾ ਘਬਰਾਵੇ, ਨਾ ਧੁੱਪ ਵੇਖੇ ਨਾ ਛਾਂ ਵੇਖੇ, ਨਾ ਧੁੱਪ ਵੇਖੇ ਨਾ ਛਾਂ ਵੇਖੇ, ਆਪਣੇ ਸਿਰ ਧੜ ਦੀ ਬਾਜ਼ੀ ਪਿਆ ਲਾਵੇ, ਫਿਰ ਵੀ ਉਹਦੇ ਨਾਲ ਕੋਈ ਤੋੜ ਨਾ ਨਿਭਾਵੇ, ਫਿਰ ਵੀ ਉਹਦੇ ਨਾਲ ਤੋੜ ਕੋਈ ਨਾ ਨਿਭਾਵੇ। ਨਾਲੇ ਕਹਿੰਦੇ ਕਿਸਾਨ ਸਾਡੇ ਮੁਲਕ ਦੀ ਜਾਨ ਨੇ, ਨਾਲੇ ਕਹਿੰਦੇ ਕਿਸਾਨ ਸਾਡੇ ਮੁਲਕ ਦੀ ਜਾਨ ਨੇ, ਸੜਕਾਂ ਤੇ ਵੇਖੇ ਕਿਸਾਨ ਕਿਉਂ ਪਰੇਸ਼ਾਨ ਨੇ, ਸੜਕਾਂ ਤੇ ਵੇਖੇ ਕਿਸਾਨ ਕਿਉਂ ਪਰੇਸ਼ਾਨ ਨੇ। ਸਲੂਟ ਮੇਰੇ ਕਿਸਾਨ ਭਾਈਓ।
ਕਿੱਦਾਂ ਲੱਗਿਆ ਤੁਹਾਨੂੰ? ਉਮੀਦ ਹੈ ਸਾਰਿਆਂ ਨੂੰ ਪਸੰਦ ਆਇਆ ਹੋਣਾ, ਇਹ ਅਸੀਂ ਖੁਦ ਲਿਖਿਆ, ਮਤਲਬ ਕਿਸਾਨ ਦੀ ਜਿੰਨੀ ਦਾਸਤਾਨ ਹੁੰਦੀ। ਗਾਇਜ਼ ਤੁਸੀਂ ਸਾਨੂੰ ਐਪਰੀਸ਼ੀਏਟ ਕਰਨਾ ਵਾ ਕਿ ਤੁਹਾਨੂੰ ਸਾਡਾ ਦੌੜਾ ਅੱਛਾ ਲੱਗਿਆ, ਤੇ ਤਾਂ ਵੀ ਸ਼ੇਰ ਦੌੜਾ ਥਰਾਕੀ ਕਹਿੰਦੇ ਆ, ਤੈਨੂੰ ਪਤਾ ਨਹੀਂ ਹੈ ਨਾ ਵੀ ਲੱਗਿਆ, ਤੇ ਤਾਂ ਵੀ ਸਾਨੂੰ ਐਪਰੀਸ਼ੀਏਟ ਕਰਿਓ ਕਿਉਂਕਿ ਅਸੀਂ ਸਾਰੇ ਮਤਲਬ ਇਹ ਅੱਗੇ ਜਾ ਸਕੀਏ। ਇੱਦਾਂ ਤੁਸੀਂ ਸਾਡਾ ਹੌਸਲਾ ਅਫਜ਼ਾਈ ਕਰੋ, ਫਿਰ ਸਾਨੂੰ ਇੱਦੋਂ ਵੀ ਅੱਛੀਆਂ ਅੱਛੀਆਂ ਗੱਲਾਂ ਲਿਖੀਏ, ਸਾਨੂੰ ਬੋਲਾ ਸਾਡੇ ਦਿਨ 'ਚ ਡਾਲੇ, ਅਤੇ ਫਿਰ ਅਸੀਂ ਕਾਮਯਾਬ ਹੋ ਜਾਈਏ। ਅੱਛਾ ਗਾਈ, ਤੁਹਾਨੂੰ ਇੱਕ ਹੋਰ ਗੱਲ ਦੱਸਦੇ ਹਾਂ, ਅਸੀਂ ਇੰਨੀ ਦੇਰ ਦੀਆਂ ਆਈਆਂ ਹੋਈਆਂ, ਤੁਸੀਂ ਸਮਝਦੇ ਹੋਵੋਗੇ ਕਿ 3 ਮਿੰਟ ਦੀ ਵੀਡੀਓ ਬਸ, ਇਹਨਾਂ ਦੇ 3 ਮਿੰਟ ਹੀ ਲੱਗੇ ਹੋਣਗੇ, 3 ਮਿੰਟ ਸਾਡੇ ਨਹੀਂ ਲੱਗਦੇ। ਪਹਿਲੇ ਅਸੀਂ ਵੀਡੀਓ ਬਣਾਈ ਦੀ ਆ, ਪਹਿਲੇ ਮੈਂ ਉਹ ਲਿਖਿਆ ਵਾ, ਅਤੇ ਫਿਰ ਮੈਂ ਵੀਡੀਓ ਬਣਾਈ ਆ, ਵੀਡੀਓ ਬਣਾਉਣ 'ਤੇ ਅਸੀਂ ਆਏ, ਵੀਡੀਓ ਬਣਾਉਣ ਲੱਗ, ਫਿਰ ਅਸੀਂ ਵੀਡੀਓ ਬਣਾਉਣ ਆਏ ਹਾਂ, ਅਤੇ ਫਿਰ ਅਸੀਂ ਜਾ ਕੇ ਐਡੀਟਿੰਗ ਕਰਨੀ ਆ, ਫਿਰ ਅਪਲੋਡ ਕਰਨੀ ਆ, ਫਿਰ ਕਿੰਨੀ ਦੇਰ ਲੱਗਣੀ ਆ, ਕਾਫੀ ਮਿਹਨਤ ਹੋਣੀ ਹੈ ਨਾ। ਤੁਸੀਂ ਸਾਨੂੰ ਪਲੀਜ਼ ਐਪਰੀਸ਼ੀਏਟ ਕਰੋ, ਸਪੋਰਟ ਕਰੋ, ਲਾਈਕ ਵੀ ਕਰੋ, ਕਮੈਂਟ ਵੀ ਕਰੋ, ਅੱਛੇ ਅੱਛੇ ਕਮੈਂਟ ਕਰੋ, ਆਪਣੇ ਦਿਲ ਦੀ ਗੱਲ ਦੱਸੋ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗਦੀ, ਅੱਛੀ ਲੱਗਦੀ, ਬੁਰੀ ਲੱਗਦੀ, ਤੁਸੀਂ ਸਾਨੂੰ ਲਾਜ਼ਮੀ ਦੱਸਿਆ ਕਰੋ, ਅਤੇ ਸਾਡੀ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ, ਅਤੇ ਸ਼ੇਅਰ ਵੀ ਕਰਿਆ ਕਰੋ। ਥੈਂਕ ਯੂ, ਅੱਲਾ ਹਾਫਿਜ਼, ਬਾਏ, ਆਪਣਾ ਖਿਆਲ ਰੱਖਿਓ ਅਤੇ ਸਾਨੂੰ ਦੁਆਵਾਂ ਵਿੱਚ ਯਾਦ ਰੱਖਿਓ।